अस्सलामु अलैकुम। फीलिंग्स टीवी दे नाज़रीन नूं खुशामदीद। अज तुसी कहिंदे होवोगे कि अज किधर पंजाबी विच शुरू कर रहे ने, लेकिन मैं सोचिया फीलिंग्स टीवी दे नाज़रीन नाल दो दो हथ कर ही लईए। अल्लाह वाले ओ किहड़े पासे टुर पए हो। अज मैं तुहानूं कुछ सच्चियां ते सुच्चियां गल्लां सुनाणियां ने। वीडियो शुरू करन तों पहलां साडे चैनल नूं सबसक्राइब करो, वीडियो नू लाइक करो ते अपने दोस्तां और रिश्तेदारां नाल शेयर करो। ते शुरू करने आ वीडियो। अज तुहानू मैं निक्के होंदियां दियां कुछ कहानियां सुनानी आ कि निक्के होंदियां मैं अपनी बेस्ट फ्रेंड दे घर जाना ते उहदी अम्मी ने ना नस के किचन विच जा के कच दियां चिट्टियां प्यालियां विच हालस दुध दी चाह बना के सानू सर्व करनी। ਉਹ ਪਿਆਲੀਆਂ ਦੀ ਚਾਹ ਅੱਜ ਦੇ 5 ਸਟਾਰ ਜਿਹੜੇ ਹੋਟਲਸ ਨੇ ਨਾ ਉਹਨਾਂ ਦੀ ਚਾਹ ਨੂੰ ਬੀਟ ਕਰਦੀ ਹੈ, ਕਿਉਂਕਿ ਉਹਨਾਂ ਵਿੱਚ ਉਹਨਾਂ ਦੀ ਮਿਠਾਸ ਸੀ, ਉਹਨਾਂ ਦਾ ਪਿਆਰ ਸੀ, ਉਹਨਾਂ ਦਾ ਆਪਣਾਪਣ ਸੀ ਜਿਹੜਾ ਅੱਜ ਸਾਡੇ ਸਾਰਿਆਂ ਵਿੱਚ ਮੁੱਕ ਗਿਆ। ਛੋਟੇ ਹੁੰਦਿਆਂ ਮੈਂ ਵੇਖਦੀ ਸੀ ਕਿ ਪੂਰੇ ਮੁਹੱਲੇ ਦੇ ਵਿੱਚ ਨਾ ਇੱਕ ਹੀ ਤੰਦੂਰ ਹੁੰਦਾ ਸੀ ਜਿੱਥੇ ਸਾਰੇ ਮੁਹੱਲੇ ਵਾਲੇ ਰੋਟੀਆਂ ਲਾਉਣ ਆਉਂਦੇ ਸੀ। ਕਿਸੇ ਨੇ ਬਾਲਣ ਪਾ ਦੇਣਾ, ਕਿਸੇ ਨੇ ਰੋਟੀਆਂ ਲਾ ਦੇਣੀਆਂ, ਔਰ ਅਗਰ ਕਿਸੇ ਦੀਆਂ 4 ਰੋਟੀਆਂ ਘੱਟ ਵੀ ਜਾਂਦੀਆਂ ਸੀ ਨਾ ਤੇ ਨਾਲ ਵਾਲੀ ਕਹਿੰਦੀ ਚੱਲ ਕੋਈ ਨਹੀਂ ਮੇਰੇ ਕੋਲੋਂ 4 ਰੋਟੀਆਂ ਲੈ ਲਈ। ਉਹ ਟਾਈਮ ਸਾਡੇ ਕੋਲੋਂ ਖੋ ਲਿਆ ਗਿਆ ਹੈ, ਕਿਉਂਕਿ ਅਸੀਂ ਪੈਸਾ ਰੱਜ ਕੇ ਕਮਾ ਲਿਆ, ਵੱਡੀਆਂ ਵੱਡੀਆਂ ਗੱਡੀਆਂ ਬਣਾ ਲਈਆਂ ਨੇ, ਵੱਡੇ ਵੱਡੇ ਘਰ ਬਣਾ ਲਏ ਨੇ। ਐਕਚੁਅਲੀ ਅਸੀਂ ਆਪਣੇ ਆਪ ਨੂੰ ਨਾ ਮਾਚਿਸ ਦੀਆਂ ਡੱਬੀਆਂ ਦੇ ਵਿੱਚ ਬੰਦ ਕਰ ਲਿਆ। ਪੁਰਾਣੇ ਟਾਈਮ ਦੇ ਭਲੇ ਵਕਤਾਂ 'ਚ ਅਸੀਂ ਕਦੇ ਬੂਵਿਆਂ ਨੂੰ ਤਾਲੇ ਨਹੀਂ ਸੀ ਲਾਏ, ਘਰ ਹਮੇਸ਼ਾ ਖੁੱਲ੍ਹੇ ਰਹਿੰਦੇ ਸੀ, ਗੇਟ ਹਮੇਸ਼ਾ ਖੁੱਲ੍ਹੇ ਰਹਿੰਦੇ ਸੀ, ਉਹਨਾਂ ਗੇਟਾਂ ਨੂੰ ਖੜਕਾਉਣ ਦੀ ਲੋੜ ਹੀ ਨਹੀਂ ਸੀ ਪੈਂਦੀ। ਬੈਲ ਜਿਹੜੀ ਹੁੰਦੀ ਹੈ ਨਾ ਘੰਟੀ, ਉਹਦਾ ਤਾਂ ਸਿਸਟਮ ਹੀ ਨਹੀਂ ਸੀ ਹੁੰਦਾ। ਕੋਈ ਵੀ ਆਂਢੀ ਗਵਾਂਢੀ ਖਾਂਦਿਆਂ ਪੀਂਦਿਆਂ ਜੇ ਉੱਪਰੋਂ ਆ ਜਾਣਾ ਨਾ ਤਾਂ ਸਾਡੇ ਵੱਡੇ ਵਡੇਰਿਆਂ ਨੇ ਕਹਿਣਾ ਚੱਲ ਪੁੱਤਰ ਕੁਝ ਨਹੀਂ ਹੁੰਦਾ, ਵੰਡ ਖਾਓ, ਖੰਡ ਖਾਓ, ਇਕੱਲੇ ਖਾਓ, ਗੂੰ ਖਾਓ। ਚਾਹ ਵੀ ਅਸੀਂ ਜਿਹੜੀ ਹੈ ਨਾ ਹਮੇਸ਼ਾ ਵੱਡੇ ਵੱਡੇ ਦੇਚਕਿਆਂ ਵਿੱਚ ਬਣਾਉਣੀ, ਕਿਉਂਕਿ ਜੇ ਕੋਈ ਆਂਢੀ ਗਵਾਂਢੀ ਆ ਜਾਵੇ ਤਾਂ ਚਾਹ ਘੱਟ ਨਾ ਹੋ ਜਾਵੇ, ਚਾਹ ਉਹਨੂੰ ਵੀ ਬਰਾਬਰ ਦੀ ਮਿਲਦੀ। ਜੇ ਰੋਟੀ ਖਾਂਦਿਆਂ ਕੋਈ ਆ ਜਾਂਦਾ ਹੁੰਦਾ ਸੀ ਤਾਂ ਰੋਟੀ ਉਹਨੂੰ ਵੀ ਬਰਾਬਰ ਦੀ ਮਿਲਦੀ ਹੁੰਦੀ ਸੀ। ਜੇ ਸਾਗ ਬਣਦਾ ਸੀ ਨਾ ਤਾਂ ਸਾਗ ਪਹਿਲਾਂ ਗਵਾਂਢੀਆਂ ਦੇ ਘਰ ਜਾਂਦਾ ਸੀ, ਜੇ ਕੜੀ ਬਣਦੀ ਸੀ ਉਹ ਵੀ ਪਹਿਲਾਂ ਗਵਾਂਢੀਆਂ ਦੇ ਘਰ ਜਾਂਦੀ ਸੀ ਅਤੇ ਫਿਰ ਸਾਨੂੰ ਮਿਲਦੀ ਸੀ। ਬਹਰਹਾਲ ਇਹ ਕਲਚਰ, ਇਹ ਵਿਰਸਾ, ਇਹ ਚੀਜ਼ਾਂ ਅਸੀਂ ਭੁੱਲ ਗਏ ਹਾਂ। ਅਸੀਂ ਪੈਸਾ ਕਮਾ ਲਿਆ ਪਰ ਅਸੀਂ ਲੋਕ, ਦਿਲ ਅਤੇ ਭੋਲਾਪਨ ਨਾ ਗਵਾ ਦਿੱਤਾ ਅਤੇ ਉਹਨੂੰ ਵਾਪਸ ਲਿਆਉਣ ਦੀ ਲੋੜ ਹੈ। ਕੋਠੀ ਇੱਕ ਹੋਵੇ, ਕੋਠੀ ਦੋ ਹੋਵੇ ਜਾਂ 3 ਹੋਵਣ, ਬੰਦੇ ਨੇ ਨਾਲ ਨਹੀਂ ਲੈ ਕੇ ਜਾਣੀਆਂ। ਪਰ ਸਾਡੇ ਇਸ ਪਿਆਰ, ਇਸ ਅਹਿਸਾਸ ਨੇ ਕਿਧਰੇ ਨਾ ਕਿਧਰੇ ਸਾਡੇ ਨਾਲ ਜਾਣਾ। ਅਤੇ ਇਨਸਾਨੀਅਤ ਨਾ ਭੁੱਲੋ, ਲੋਕਾਂ ਨੂੰ ਨਾ ਭੁੱਲੋ, ਮੁਹੱਬਤ ਨੂੰ ਨਾ ਭੁੱਲੋ, ਇਹਨਾਂ ਜਜ਼ਬਾਤਾਂ ਨੂੰ ਨਾ ਭੁੱਲੋ, ਇਹਨਾਂ ਵਿੱਚ ਬੜਾ ਕੁਝ ਹੈ। ਜਿਸ ਟਾਈਮ ਰਾਤੀ ਤੁਸੀਂ ਬਹਿੰਦੇ ਹੋ ਆਪਣੇ ਫੈਮਿਲੀ ਦੇ ਨਾਲ, ਆਪਣੇ ਖਾਨਦਾਨ ਦੇ ਨਾਲ, ਆਪਣੇ ਮਾਂ ਬਾਪ, ਦਾਦਾ ਦਾਦੀ, ਭੈਣ ਭਰਾ, ਜਦੋਂ ਸਾਰੇ ਬਹਿੰਦੇ ਹੋ ਨਾ, ਅਤੇ ਇਹ ਜਿਹੜੇ ਅੱਜ ਕੱਲ੍ਹ ਮੋਬਾਈਲਾਂ ਦੇ ਦੌਰ ਆ ਗਏ ਨਾ, ਮੋਬਾਈਲਾਂ ਨੂੰ ਬਿਲਕੁਲ ਸਾਈਡ 'ਤੇ ਰੱਖ ਦਿਓ, ਉਹਨਾਂ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਸ਼ੇਅਰ ਕਰੋ, ਦਾਦਾ ਦਾਦੀ ਦੇ ਟਾਈਮ ਦੀਆਂ ਕਹਾਣੀਆਂ ਸੁਣੋ, ਆਪਸ ਵਿੱਚ ਬਹਿ ਕੇ ਇੱਕ ਦੂਸਰੇ ਨਾਲ ਆਪਣੇ ਜਿਹੜੇ ਨੇ ਜਜ਼ਬਾਤ, ਅਹਿਸਾਸਾਤ ਜਿਹੜੇ ਨੇ ਇੱਕ ਦੂਸਰੇ ਦੇ ਨਾਲ ਸ਼ੇਅਰ ਕਰੋ। ਕੁਝ ਵੀ ਨਹੀਂ ਜਾਣਾ, ਸਿਰਫ ਉਸ ਟਾਈਮ ਨੂੰ ਖੁਦ ਹੱਥ ਵਿੱਚ ਸਾਡੇ ਉਸ ਟਾਈਮ ਨੂੰ ਵਾਪਸ ਲਿਆਉਣਾ, ਕਿਉਂਕਿ ਉਹ ਜਿਹੜੇ ਵਕਤ ਸਨ ਨਾ ਬੜੇ ਹੀ ਖੂਬਸੂਰਤ ਵਕਤ ਸਨ, ਜਿਹਦੇ ਵਿੱਚ ਕੋਈ ਕੰਪਟੀਸ਼ਨ ਨਹੀਂ ਸੀ ਆਉਂਦਾ, ਕੋਈ ਹਸਦ ਨਹੀਂ ਸੀ ਆਉਂਦਾ, ਕੋਈ ਮੁਨਾਫਕਤ ਨਹੀਂ ਸੀ ਆਉਂਦੀ। ਮੇਰਾ ਅੱਜ ਦਾ ਵੀਡੀਓ ਬਣਾਉਣ ਦਾ ਮਕਸਦ ਵੀ ਇਹ ਹੀ ਹੈ ਕਿ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਨੀ ਹੈ ਕਿ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਨਾਲ ਰਹੋ। ਇਹ ਜਿਹੜੇ ਨੇ ਨਾ ਨਫਾਕ, ਕੰਪਟੀਸ਼ਨ, ਹਸਦ, ਇਹਨਾਂ ਵਿੱਚ ਕੁਝ ਨਹੀਂ ਪਈ ਆ। ਪਿਆਰ ਇੱਕ ਐਸੀ ਪਾਵਰ ਹੈ, ਇੱਕ ਐਸੀ ਤਾਕਤ ਹੈ ਜਿਹਦੇ ਨਾਲ ਹਰ ਵੱਡੇ ਤੋਂ ਵੱਡੀ ਜੰਗ, ਹਰ ਵੱਡੇ ਤੋਂ ਵੱਡਾ ਮੈਦਾਨ ਜਿੱਤਿਆ ਜਾ ਸਕਦਾ। ਅੱਜ ਮੈਂ ਤੁਹਾਨੂੰ ਇਹ ਨਹੀਂ ਕਹਾਂਗੀ ਕਿ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ ਸਾਡੀ ਵੀਡੀਓ ਨੂੰ ਜਾਂ ਸਾਡੇ ਚੈਨਲ ਨੂੰ। ਸਿਰਫ ਇੰਨਾ ਕਹਾਂਗੀ ਕਿ ਆਪਸ ਵਿੱਚ ਪਿਆਰ ਨਾਲ ਰਹੋ, ਆਪਸ ਵਿੱਚ ਬਹੁਤ ਜ਼ਿਆਦਾ ਪਿਆਰ ਨਾਲ ਰਹੋ, ਇੱਕ ਦੂਸਰੇ ਨੂੰ ਟਾਈਮ ਦਿਓ, ਇਹਦੇ ਵਿੱਚ ਬਹੁਤ ਕੁਝ ਹੈ।